ਸਿਹਤ ਵਿਭਾਗ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਖਿਲਾਫ ਰੋਜ਼ ਮਜਾਇਰਾ ਕੀਤਾ ਗਿਆ ਅਤੇ ਪੇ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਇਹਨਾਂ ਜਥੇਬੰਦੀਆਂ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਦੀਆਂ ਮੰਗਾਂ ਫੌਰਨ ਮੰਨੀਆਂ ਜਾਣ ਇਸ ਮੌਕੇ ਤੇ ਸ਼ਮਸ਼ੇਰ ਸਿੰਘ ਕੋਹਰੀ, ਅਸ਼ੋਕ ਸ਼ਰਮਾ, ਗੁਰਦੇਵ ਸਿੰਘ ਢਿੱਲੋਂ, ਪ੍ਰਭਜੀਤ ਸਿੰਘ ਜਾਗੀਰ ਕੌਰ, ਨਿਰਮਲ ਸਿੰਘ ਹਰਵਿੰਦਰ ਸਿੰਘ ਸਮੇਤ ਸਾਰੇ ਮੈਂਬਰ ਮੌਜੂਦ ਸਨ ਸਿਹਤ ਵਿਭਾਗ ਦੀਆਂ ਸਾਡੀਆਂ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਮਨਾਂ ਤੁਹਾਡੇ ਕੋਲ ਲੈ ਚੁੱਕਾ ਅਸੀਂ ਅੱਜ ਸਿਰਫ ਇੱਕ ਸਿੰਬੋਲਿਕ ਐਕਸ਼ਨ ਕਰ ਰਹੇ ਹਾਂ ਇਹ ਸਿਰਫ ਸਿਰਫ ਜਥੇਬੰਦੀਆਂ ਦੀ ਜਿਹੜੀ ਕਰੀਮ ਆਗੂ ਆ ਲੀਡਰਸ਼ਿਪ ਆ ਸਿਰਫ ਇੱਥੇ ਉਹ ਪਹੁੰਚੀ ਆ ਅਸੀਂ ਅੱਜ ਇੱਕ ਫੈਸਲਾ ਕਰਕੇ ਇੱਕ ਬਹੁਤ ਵੱਡਾ ਇਕੱਠ ਇਸੇ ਜਗ੍ਹਾ ਤੋਂ ਕਰਕੇ ਔਰ ਸ਼ਹਿਰ ਦੇ ਵਿੱਚ ਰੋਸ ਮਾਰਚ ਕੱਢ ਕੇ ਫਿਰ ਅਗਲਾ ਪ੍ਰੋਗਰਾਮ ਹੋ ਸਕਦਾ ਸੀ ਐਮਐਲਏ ਦੇ ਘਰ ਵੀ ਜਾਈਏ ਮੰਤਰੀਆਂ ਦੇ ਘਰ ਵੀ ਜਾਈਏ ਉਹਨਾਂ ਦੇ ਘਰਾਓ ਵੀ ਕਰੀਏ ਇਹ ਜਿਵੇਂ ਜਿਵੇਂ ਸਾਡੀਆਂ ਜਥੇਬੰਦੀਆਂ ਫੈਸਲਾ ਕਰਨੀਆਂ ਅੱਜ ਇੱਕ ਸਿੰਬੋਲਿਕ ਐਕਸ਼ਨ ਹੈ ਆ